ਆਪਦੀ ਗਿਆਤ ਲਈ ਅਰਜ਼ ਕਰਾਂ, ਗਹਿਰਾ ਸੰਬੰਧ ਮਨੁੱਖੀ ਬੱਚੇ ਦਾ ਕੀ ਹਰ ਜੀਵ ਦੇ ਬੱਚੇ ਦਾ ਮਾਂ ਨਾਲ ਹੈ। ਪਿਤਾ ਦਾ ਸੰਬੰਧ ਸਿਰਫ ਐਕਸੀਡੈਂਟਲ ਹੈ ਔਰ ਕੁਛ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗਹਿਰਾਈ ਬੱਚਾ ਸਾਰੀ ਮਾਂ ਤੋਂ ਲੈਂਦਾ ਹੈ। ਗਰਭ ਦੇ ਚ ਬੱਚਾ ਹੈ। ਪ੍ਰਾਚੀਨ ਕਾਲ ਦੇ ਰਿਸ਼ੀ ਮੁਨੀ ਕਹਿੰਦੇ ਸਨ ਮਾਂ ਦਾ ਆਹਾਰ ਹੀ ਉਸ ਬੱਚੇ ਦਾ ਆਹਾਰ ਹੈ। ਮਾਂ ਜੋ ਖਾਂਦੀ ਹੈ ਉਹੀ ਉਸਨੂੰ ਮਿਲ ਰਿਹਾ, ਉਸੇ ਨਾਲ ਉਹ ਬਣ ਰਿਹਾ। ਜਿੱਥੇ ਮਾਂ ਦਾ ਆਹਾਰ ਗਰਭਕਾਲ ਦੇ ਬੱਚੇ ਦਾ ਆਹਾਰ ਹੈ, ਉੱਥੇ ਮਾਂ ਦੇ ਵਿਚਾਰ ਹੀ ਉਸਨੂੰ ਪ੍ਰਭਾਵਿਤ ਕਰਦੇ, ਉਸ ਨਾਲ ਹੀ ਉਹਦੇ ਸੰਸਕਾਰ ਬਣਦੇ। ਏਸ਼ੀਆ ਦੇ ਸਮੁੱਚੇ ਏਸ਼ੀਆ ਦੇ ਵਿੱਚ ਬੱਚਾ ਗਲਤ ਹੋਵੇ ਗਾਲ ਮਾਂ ਨੂੰ ਕੱਢਦੇ, ਹੈਰਾਨਗੀ ਹੈ ਵੀ ਗਲਤੀ ਤੇ ਬੱਚੇ ਨੇ ਕੀਤੀ ਹੈ, ਗਾਲ ਮਾਂ ਨੂੰ ਕਿਉਂ ਕੱਢਦੇ ਨੇ। ਦਰਅਸਲ ਬੱਚੇ ਦੇ ਵਿੱਚ 90% ਮਾਂ ਹੀ ਹੈ, ਇਹ ਵੀ ਮਰਜ਼ ਕਰਦੇ। ਦੂਰ ਕਿਉਂ ਜਾਓ, ਗੁਰੂ ਰਾਮਦਾਸ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖ ਲਿਆ, ਪ੍ਰਕਰਨ ਮੇਰਾ ਨਹੀਂ ਤੇ ਇਸੇ ਪਾਸੇ ਹੀ ਸਾਰਾ ਟਾਈਮ ਲੱਗ ਜਾਏਗਾ। ਗੁਰੂ ਰਾਮਦਾਸ ਜੀ ਵੀ ਜ਼ਿੰਮੇਵਾਰ ਮਾਂ ਨੂੰ ਠਹਿਰਾਉਂਦੇ ਨੇ, ਭਾਈ ਗੁਰਦਾਸ ਵੀ ਜ਼ਿੰਮੇਵਾਰ ਮਾਂ ਨੂੰ ਠਹਿਰਾਉਂਦੇ ਨੇ, ਗੁਰੂ ਨਾਨਕ ਮਾਤਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ। ਔਰ ਇਸ ਤੋਂ ਇਲਾਵਾ ਕਵੀ ਤੁਲਸੀ, ਉਪਨਿਸ਼ਦਾਂ ਦੇ ਰਿਸ਼ੀ 90% ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ। ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀਜੇ ਹਰ ਬਾਂਝਾ, ਤਿੰਨ ਸੁਣੀ ਦੇ ਫਿਰੇ ਬਿਨ ਨਾਵੇਂ, ਓਏ ਖਪ ਖਪ ਮੋਏ ਘਰਾਂ ਜਾ। ਜਿਸਨੇ ਪ੍ਰਭੂ ਦਾ ਨਾਮ ਨਹੀਂ ਜਪਿਆ, ਬਿਹਤਰ ਸੀ ਉਹਦੀ ਮਾਂ ਬਾਂਝ ਰਹਿੰਦੀ। ਬਾਂਝ ਬੰਜਰ, ਬਈ ਇਹ ਧਰਤੀ ਹਰੀ ਭਰੀ ਕਿਉਂ ਹੋਈ, ਇਹ ਗੋਦ ਹਰੀ ਕਿਉਂ ਹੋਈ, ਇਹ ਤਾਂ ਬਹੁਤ ਵੱਡੀ ਤਾੜਨਾ ਹੈ ਮਾਂ ਨੂੰ। ਕਿਸੇ ਧਰਤੀ ਨੂੰ ਆਖਿਆ ਜਾਏ ਤੂੰ ਸੁੱਕੀ ਸੜੀ ਰਹਿ, ਇਹ ਤਾਂ ਧਰਤੀ ਲਈ ਸਰਾਪ ਹੈ। ਤੇ ਕਿਸੇ ਮਾਂ ਨੂੰ ਆਖਿਆ ਜਾਏ ਤੇਰੀ ਗੋਦ ਕਦੀ ਹਰੀ ਨਾ ਹੋਵੇ, ਇਹ ਤਾਂ ਬਹੁਤ ਵੱਡਾ ਸ਼ਰਾਪ ਹੈ। ਗੁਰੂ ਰਾਮਦਾਸ ਕਹਿ ਰਹੇ ਨੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀਜੇ ਹਰ ਬਾਂਝਾ। ਹੇ ਕਾਦਰ ਕਰੀਮ, ਉਹ ਮਾਂ ਤੇ ਬਾਂਝ ਹੀ ਰਹਿੰਦੀ, ਤਿੰਨ ਸੁਣੀ ਦੇ ਫਿਰੇ ਬਿਨ ਨਾਵੇਂ, ਓਏ ਖਪ ਖਪ ਮੋਏ ਘਰਾਂ ਜਾ। ਕਬੀਰ ਜ਼ਰਾ ਇਸ ਤੋਂ ਵੀ ਅੱਗੇ ਬੜੀ ਗਹਿਰੀ ਚੋਟ ਕਰਦਾ, ਉਹ ਵੀ ਸੁਣ ਲਓ। ਕਬੀਰ ਕਹਿੰਦੇ ਨੇ ਜੈ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਅਰਥ ਕਰਨ ਲੱਗਿਆ ਜ਼ਬਾਨ ਵੀ ਕੰਬਦੀ ਹੈ। ਕਬੀਰ ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਬਹੁਤ ਲੰਬੇ ਸਮੇਂ ਤੋਂ ਭਾਰਤ ਦੇ ਰਿਸ਼ੀ ਮੁਨੀਆਂ ਦੀ ਪਕੜ ਦੇ ਵਿੱਚ ਇੱਕ ਗੱਲ ਆਈ, ਜੋ ਜੀਵ ਆਤਮਾ ਹੈ ਉਹ ਮਾਂ ਦੇ ਸੰਸਕਾਰਾਂ ਦੇ ਨਾਲ ਉਸਦਾ ਮੇਲ ਹੋਵੇ ਤੇ ਗਰਭ ਧਾਰਨ ਕਰਦੀ ਹੈ, ਫਿਰ ਮੂਲ ਰੂਪ ਦੇ ਵਿੱਚ ਉਹਦੇ ਸੰਸਕਾਰਾਂ ਨੂੰ ਪਨਪਾਉਂਦੀ ਹੈ ਮਾਂ। ਮਾਂ ਤੋਂ ਹੀ ਆਹਾਰ ਮਿਲਦਾ, ਫਿਰ ਮਾਂ ਤੋਂ ਹੀ ਵਿਚਾਰ ਮਿਲਦੇ। ਜਮਿਆ ਕੁਦਰਤ ਨੇ ਭੋਜਨ ਵੀ ਮਾਂ ਨੂੰ ਹੀ ਦਿੱਤਾ, ਉਹਦੇ ਹੀ ਅਸਤਰਾਂ ਦੇ ਵਿੱਚ ਦੁੱਧ ਬਣਦਾ, ਉਹਦੀ ਖੁਰਾਕ ਹੈ। ਤੇ ਜੇ ਭੋਜਨ ਇਸ ਬੱਚੇ ਦਾ ਮਾਂ ਦੇ ਕੋਲ ਹੈ, ਮਾਂ ਦੇ ਤਨ ਦੇ ਅੰਦਰ ਹੈ, ਆਪਦੀ ਗਿਆਤ ਲਈ ਅਗਰ ਲੋਰੀ ਦਿੰਦਿਆਂ ਮਾਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰੇ, ਉਸ ਵਾਈਬ੍ਰੇਸ਼ਨ ਦੇ ਵਿੱਚ ਉਹ ਜਿਹੜੇ ਬੱਚੇ ਦੀ ਪਲ ਹੈ ਉਹਦੇ ਨਾਲ ਉਹਦੇ ਸੰਸਕਾਰ ਬਣਨਗੇ। ਪ੍ਰਾਚੀਨ ਰਿਸ਼ੀ ਮੁਨੀ ਇਸ ਤਰ੍ਹਾਂ ਕਹਿੰਦੇ ਸਨ। ਔਰ ਜੋ ਗਰਭ ਦੇ ਵਿੱਚ ਬੱਚਾ ਹੈ, ਉਸ ਸਮੇਂ ਵੀ ਅਗਰ ਮਾਂ ਸਹੀ ਸੋਚੇ, ਧਰਮ ਗ੍ਰੰਥ ਪੜ੍ਹੇ, ਪ੍ਰਭੂ ਚਿੰਤਨ ਕਰੇ, ਇਹ ਸੰਸਕਾਰ ਉਸ ਬੱਚੇ ਨੂੰ ਮਿਲਣਗੇ। ਪਹਿਲੀ ਸੰਗਤ ਬੱਚੇ ਦੀ ਮਾਂ ਦੀ, 90% ਮਨੁੱਖੀ ਬੱਚੇ ਦੇ ਵਿੱਚ ਮਾਂ ਹੈ। ਸਤੀ ਮਾਂ ਹੈ ਤੂੰ ਸ਼ਮਸ ਤਬਰੇਜ਼ ਜੈਸੇ ਫਕੀਰ ਨੂੰ
अपनिया नौ मावां दे नां ते याद रह गए, पिता की याद नहीं जाती। उहदे कोल पुछिया गया सी पिता कौन सन, कहिंदा मेरी चेतना नहीं जाती, मेरी पकड़ दे च नहीं आउंदे, मां पकड़ दे च आउंदी। उहने नौ मावां दे नां भी लिखे ने अपने ग्रंथ दे अंदर दीवाने शमस तबरेजी विच, बई नौ मातावां दी गोद च मैं खेड चुके हां। समुचे एशिया विच जद बच्चे की गलती देख के ते मां नूं गल कढ़ी जांदी है, बंगलादेश भारत ते एशिया दे बाकी देश अफगानिस्तान देश भी, तो मैं उदों सोच ही पै जांदा सी गलती बच्चे ने कीती है, गाल मां नूं पै रही। दरअसल 90% बच्चे देच मां है, मां